हाँ जी, ਸਤਿ ਸ਼੍ਰੀ ਅਕਾਲ ਬੱਚੋ ਸਾਰਿਆਂ ਨੂੰ। ਜਿਵੇਂ ਕਿ ਸਭ ਨੂੰ ਪਤਾ ਵੀ 2023 ਇੱਕ ਇਹੋ ਜਿਹਾ ਸਾਲ ਹੈ ਜਿਹਦੇ ਵਿੱਚ ਆਪਾਂ ਨੂੰ ਬੰਪਰ ਵੈਕੈਂਸੀਜ਼ ਦੇਖਣ ਨੂੰ ਮਿਲ ਰਹੀਆਂ ਨੇ, ਤੇ ਸਭ ਤੋਂ ਵੱਡੀ ਗੱਲ ਇਹ ਸਿਲਸਿਲਾ ਦਸੰਬਰ ਤੱਕ ਜਾਰੀ ਰਹੇਗਾ। ਸੋ ਕਹਿ ਸਕਦੇ ਹਾਂ ਵੀ ਮਿਹਨਤ ਕਰਨ ਵਾਲਾ ਬੱਚਾ, ਪੜ੍ਹਾਈ ਕਰਨ ਵਾਲਾ ਬੱਚਾ, ਉਹ 2023 ਦੇ ਵਿੱਚ ਹਰ ਹਾਲ ਦੇ ਵਿੱਚ ਕਾਮਯਾਬੀ ਉਸ ਬੱਚੇ ਨੂੰ ਮਿਲੀ ਜਾਣੀ ਹੈ। ਇੰਨੀਆਂ ਓਪਰਚੁਨਿਟੀਜ਼ ਆਪਣੇ ਸਾਹਮਣੇ ਬੱਚੋ ਆ ਰਹੀਆਂ ਨੇ। ਜਿਵੇਂ ਕਿ ਸਭ ਨੂੰ ਪਤਾ ਵੀ ਇਹ ਗਵਰਨਮੈਂਟ ਬਹੁਤ ਅਵੇਅਰਨੈਸ ਹੈ ਰਿਗਾਰਡਿੰਗ ਦੀ ਨੋਟੀਫਿਕੇਸ਼ਨਸ, ਰਿਗਾਰਡਿੰਗ ਦੀ ਆਨਸਰ ਕੀ ਆਪਾਂ ਦੇਖਿਆ ਹੈ, ਜਿਸ ਸਪੀਡ ਨਾਲ ਕੰਮ ਚੱਲ ਰਿਹਾ ਹੈ। ਆਲਰੇਡੀ ਆਪਣੇ ਕੋਲੇ ਬੱਚੋ ਜੂਨ, ਜੁਲਾਈ, ਅਗਸਤ ਦਾ ਆਫੀਸ਼ੀਅਲ ਕੈਲੰਡਰ ਵੀ ਜਾਰੀ ਹੋ ਚੁੱਕਿਆ ਹੈ ਵੀ ਹਰ ਮਹੀਨੇ ਤੁਹਾਡੇ ਐਗਜ਼ਾਮ ਹੋਣ ਜਾ ਰਹੇ ਨੇ। ਤੇ ਸਭ ਤੋਂ ਵੱਡੀ ਨਿਊਜ਼ ਮੇਰੇ ਹਿਸਾਬ ਨਾਲ ਨਿਊਜ਼ਪੇਪਰ ਦੇ ਰਾਹੀਂ ਆਪਾਂ ਨੂੰ ਇਹ ਵੀ ਮਿਲ ਚੁੱਕੀ ਹੈ ਵੀ ਜੋ ਵੀਡੀਓ ਦੀ ਵੈਕੈਂਸੀ ਹੈ, ਜਿਹੜੇ ਬੱਚੇ ਲਾਸਟ ਵਾਰ ਅਪਲਾਈ ਨਹੀਂ ਕਰ ਸਕੇ, ਇਹ ਵੀ ਆਪਣੇ ਜੂਨ ਦੇ ਐਂਡ ਦੇ ਵਿੱਚ ਰੀਐਡਵਰਟਾਈਜ਼ ਹੋਣ ਜਾ ਰਿਹਾ ਹੈ। ਸੋ ਉਹ ਵੀ ਅਪਲਾਈ ਕਰ ਸਕਾਂਗੇ। ਉਸ ਤੋਂ ਵੀ ਵੱਡੀ ਖਤਰਨਾਕ ਨਿਊਜ਼ ਫੂਡ ਸਪਲਾਈ ਇੰਸਪੈਕਟਰ ਦੇ ਵਿੱਚ ਹੈ, ਉੱਡਾ ਦੇ ਵਿੱਚ ਹੈ, ਮਾਰਕਫੈਡ ਦੇ ਵਿੱਚ ਹੈ। ਮੈਂ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਬੱਚੋ ਇੰਨੀਆਂ ਵੈਕੈਂਸੀਆਂ ਆਪਾਂ ਇੱਕ ਸਾਲ 'ਚ ਦੇਖੀਆਂ ਹੋਣੀਆਂ ਜੋ ਆਪਾਂ ਨੂੰ 2023 ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੋ ਜਿਹੜਾ ਬੱਚਾ ਪੜ੍ਹਾਈ ਕਰਨ ਵਾਲਾ ਹੈ ਉਹ ਆਪਦੀ ਤਿਆਰੀ ਖਿੱਚ ਰਿਹਾ ਹੈ, ਆਈਦਰ ਆਨਲਾਈਨ ਤੇ ਆਈਦਰ ਆਫਲਾਈਨ। ਬਟ ਜਿਵੇਂ ਕਿ ਬੱਚਿਆਂ ਨੇ ਆਪਣਾ ਆਨਲਾਈਨ ਦੇ ਵਿੱਚ ਕੰਟੈਂਟ ਦੇਖਿਆ, ਕੁਆਲਿਟੀ ਕੰਟੈਂਟ ਦੇਖਿਆ, ਪੰਜਾਬ ਦਾ ਨੰਬਰ 1 ਬੈਚ ਦੇਖਿਆ ਜਿੱਥੋਂ ਸਭ ਤੋਂ ਜ਼ਿਆਦਾ ਪੰਜਾਬ ਦੇ ਬੱਚੇ ਤਿਆਰੀ ਕਰ ਰਹੇ ਹੈ, ਉੱਥੇ ਨੇ ਆਪਣੀ ਪੂਰੀ ਟੀਮ ਦੇਖੀ ਹੈ। ਯੂਟਿਊਬ 'ਤੇ ਤੁਸੀਂ ਬੱਚਾ ਆਪਣੀ ਟੀਮ ਦੇਖ ਰਹੇ ਹੋਵੋਗੇ ਜਿੱਥੇ ਆਪਾਂ ਕੁਆਲਿਟੀ ਕੰਟੈਂਟ ਪ੍ਰੋਵਾਈਡ ਕਰਵਾਉਣੇ ਹੈ। ਸੋ ਬੱਚਿਆਂ ਦੀ ਨੌਨ ਸਟੋਪ ਡਿਮਾਂਡ ਹੈ ਵੀ ਅਸੀਂ ਇਹ ਬੈਚ ਤੁਹਾਡੇ ਕੋਲ ਬਠਿੰਡੇ ਆ ਕੇ ਲਾਉਣਾ ਚਾਹੁੰਦੇ ਹਾਂ। ਮੇਰੇ ਕਹਿਣ ਦਾ ਮਤਲਬ ਆਫਲਾਈਨ ਵੀ ਤੁਸੀਂ ਇਸ ਬੈਚ ਨੂੰ ਬੱਚੋ ਜੁਆਇਨ ਕਰ ਸਕਦੇ ਹੋ। ਸੋ ਬਹੁਤ ਹੀ ਇੰਪੋਰਟੈਂਟ ਗੁੱਡ ਨਿਊਜ਼ ਹੈ, 19 ਜੂਨ ਦਿਨ ਸੋਮਵਾਰ ਮੰਡੇ ਨੂੰ ਬੱਚੋ, ਜਸਟ ਇੱਕ ਹਫ਼ਤਾ ਰਹਿ ਗਿਆ ਆਪਾਂ ਨੂੰ ਤਿਆਰੀ ਕਰਨ ਦੇ ਲਈ। ਸੋ ਤੁਸੀਂ ਆਪਦਾ ਇੱਥੇ ਬਠਿੰਡਾ ਦੇ ਵਿੱਚ ਆ ਕੇ ਫੁੱਲ ਫਲੈਜ 4 ਮਹੀਨਿਆਂ ਦੀ ਜ਼ਬਰਦਸਤ ਤਿਆਰੀ ਕਰ ਸਕਦੇ ਹੋ ਇੱਕ ਆਲ ਇਨ 1 ਬੈਚ ਦੇ ਵਿੱਚ। ਆਲ ਇਨ 1 ਦਾ ਮਤਲਬ ਕੀ ਹੈ ਵੀ ਤੁਸੀਂ ਇੱਕ ਵਾਰ ਬੈਚ ਲਾਉਣਾ, ਉਸ ਤੋਂ ਬਾਅਦ ਜੋ ਮਰਜ਼ੀ ਐਗਜ਼ਾਮ ਆ ਜਾਏ ਬਸ 5 ਮਿੰਟ ਕੱਢ ਕੇ ਫਾਰਮ ਅਪਲਾਈ ਕਰਨਾ ਹੈ ਤੇ ਪ੍ਰੈਪਰੇਸ਼ਨ ਆਪਣੀ ਪੂਰੀ ਟੌਪ ਕਲਾਸ ਹੋਊਗੀ। ਇਹ 'ਚ ਆਪਾਂ ਨੂੰ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ। ਆਫਟਰ ਆਲ ਤੁਸੀਂ ਆਪਣੀ ਅਕੈਡਮੀ ਦੇ ਵਿੱਚ ਆਉਂਗੇ ਜੋ ਕਿ ਪੰਜਾਬ ਦੀ ਨੰਬਰ 1 ਹੈ ਪੜ੍ਹਾਈ ਦੇ ਮਾਮਲੇ ਦੇ ਵਿੱਚ, ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਅਗੇਨ ਜੇਕਰ ਮੰਨ ਲਓ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਜਾਂ ਕਿਸੇ ਬੱਚੇ ਦੀ ਕੋਈ ਕੁਐਰੀ ਹੈ, ਇਸ ਵਾਰ ਤੁਹਾਨੂੰ ਬੱਚਾ ਆਪਾਂ 3-3 ਕੰਟੈਕਟ ਨੰਬਰ ਦੇ ਰਹੇ ਹਾਂ, ਉੱਪਰ ਤੋਂ ਲੈ ਕੇ ਨੀਚੇ ਤੱਕ ਤੁਸੀਂ 3 ਕੰਟੈਕਟ ਨੰਬਰਸ ਤੋਂ ਕਿਸੇ ਦੀ ਵੀ ਕਾਲ ਕਰਕੇ ਆਪਦੀ ਕੁਐਰੀ ਸੋਲਵ ਕਰ ਸਕਦੇ ਹੋ। ਤੇ ਨਾਲ ਇੱਕ ਗੁੱਡ ਨਿਊਜ਼ ਇਹ ਵੀ ਹੈ, ਜੇਕਰ ਤੁਸੀਂ ਇੱਥੇ ਬਠਿੰਡਾ ਦੇ ਵਿੱਚ ਆ ਕੇ ਆਫਲਾਈਨ ਬੈਚ ਜੋ 19 ਜੂਨ ਨੂੰ ਬੱਚਾ ਆਪਣਾ ਸਟਾਰਟ ਹੋਣ ਜਾ ਰਿਹਾ ਹੈ, ਜੇਕਰ ਤੁਸੀਂ ਇੱਥੇ ਨਹੀਂ ਆਉਂਦੇ ਬਟ ਤੁਸੀਂ ਘਰੇ ਬੈਠ ਕੇ ਉਹ ਸੇਮ ਬੈਚ ਲਾਈਵ ਵਾਲਾ ਘਰ ਬੈਠ ਕੇ ਲਾਉਣਾ ਚਾਹੁੰਦੇ ਹੋ, ਤਾਂ ਉਹਦੇ ਰਿਗਾਰਡਿੰਗ ਫਿਰ ਤੁਸੀਂ ਪਲੇ ਸਟੋਰ ਤੇ ਜਾ ਕੇ ਆਪਣੀ ਇਹ ਐਪ ਡਾਊਨਲੋਡ ਕਰਨੀ ਹੈ, ਰੁਪਿੰਦਰ ਸਿੱਧੂ ਅਕੈਡਮੀ। ਅਗੇਨ ਕੋਈ ਇਨਫੋਰਮੇਸ਼ਨ ਲੈਣੀ ਹੈ ਫਿਰ ਕਹਿ ਰਿਹਾ ਤੁਸੀਂ ਕਾਲ ਕਰ ਸਕਦੇ ਹੋ, ਠੀਕ ਹੈ ਨਾ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਹੈ ਉਹ ਡਾਊਨਲੋਡ ਕਰਨਗੇ ਬੱਚੋ ਕਲਾਸ ਪਲੱਸ ਐਪ ਸਟੋਰ ਤੇ ਜਾ ਕੇ ਸਰਚ ਕਰਨੇ ਕਲਾਸ ਪਲੱਸ, ਉਸ ਤੋਂ ਬਾਅਦ ਤੁਹਾਡੇ ਤੋਂ ਕੋਡ ਮੰਗਿਆ ਜਾਏਗਾ ਤੇ ਕੋਡ ਆਪਣਾ ਬੱਚੋ 5 ਅੱਖਰ ਦਾ ਫਿਲ ਕਰਨਾ ਹੈ। ਸੋ ਸੇਮ ਬੈਚ ਤੁਸੀਂ ਇਹ ਘਰ ਬੈਠ ਕੇ ਵੀ ਲਗਾ ਸਕਦੇ ਹੋ। ਬਟ ਆਨਲਾਈਨ ਤੁਹਾਨੂੰ ਪਤਾ ਹੈ ਪੰਜਾਬ ਦੇ ਕੋਨੇ ਕੋਨੇ ਤੋਂ ਬੱਚਾ ਆਪਣਾ ਜੁੜਿਆ ਹੋਇਆ ਹੈ। ਸੋ ਕਿਸੇ ਵੀ ਦੋਸਤ ਮਿੱਤਰ ਤੋਂ, ਖਾਸ ਕਰਕੇ ਜਿਨ੍ਹਾਂ ਨੇ ਹੁਣ ਤੱਕ ਕਾਮਯਾਬੀ ਪ੍ਰਾਪਤ ਕਰ ਲਈ, ਜੋ ਬੱਚੇ ਐਗਜ਼ਾਮ ਕਲੀਅਰ ਕਰ ਚੁੱਕੇ ਹੈ, ਤੁਸੀਂ ਉਹਨਾਂ ਤੋਂ ਆਪਣਾ ਰਿਵਿਊ ਲੈ ਸਕਦੇ ਹੋ, ਠੀਕ ਹੈ ਨਾ। ਸੋ ਬਹੁਤ ਜਲਦ ਬੱਚੋ ਫਿਰ ਆਪਾਂ 19 ਜੂਨ ਨੂੰ ਬਠਿੰਡਾ ਦੇ ਵਿੱਚ ਮਿਲਣ ਜਾ ਰਹੇ ਹਾਂ। ਸੋ ਜਿਨ੍ਹਾਂ ਬੱਚਿਆਂ ਨੇ ਆਫਲਾਈਨ ਦੇ ਵਿੱਚ ਖਾਸ ਕਰਕੇ ਐਂਟਰੀ ਲੈਣੀ ਹੈ ਤਾਂ ਮੇਕ ਸ਼ੋਰ ਬੱਚੋ ਇਸੇ 1 ਵੀਕ ਦੇ ਵਿੱਚ ਤੁਸੀਂ ਕਿਸੇ ਵੀ ਦਿੱਤੇ ਹੋਏ ਕੰਟੈਕਟ ਤੇ ਕਾਲ ਕਰਕੇ ਆਪਦੀ ਸੀਟ ਐਡਵਾਂਸ ਬੁੱਕ ਕਰਵਾ ਸਕਦੇ ਹੋ, ਬਿਕੋਜ਼ ਆਫਲਾਈਨ ਦੇ ਵਿੱਚ ਹਮੇਸ਼ਾ ਲਿਮਿਟੇਸ਼ਨ ਹੁੰਦੀ ਹੈ। ਆਨਲਾਈਨ ਫਿਰ ਤੁਸੀਂ ਐਨੀ ਟਾਈਮ ਕਦੋਂ ਮਰਜ਼ੀ ਕਿੰਨੇ ਮਰਜ਼ੀ ਜੁਆਇਨ ਕਰ ਸਕਦੇ, ਠੀਕ ਹੈ ਨਾ। ਚਲੋ ਠੀਕ ਹੈ ਬੱਚੋ, ਫਿਰ ਮਿਲਦੇ ਹਾਂ ਬਹੁਤ ਜਲਦ। ਸਤਿ ਸ਼੍ਰੀ ਅਕਾਲ ਸਾਰਿਆਂ।